are watching Channel Y. Channel Y, a South Asian Canadian channel. ਸੁਖਪਾਲ ਖਹਿਰਾ ਨੇ ਪ੍ਰੈਸ ਕਾਨਫਰੰਸ ਕਰਕੇ ਵੀਰ ਦਵਿੰਦਰ ਸਿੰਘ ਵੱਲੋਂ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਤੇ ਚੁੱਕੇ ਗਏ ਸਵਾਲਾਂ ਦਾ ਸਪਸ਼ਟੀਕਰਨ ਦਿੱਤਾ ਹੈ। ਨਾਲ ਹੀ ਖਹਿਰਾ ਨੇ ਕੱਲ ਹੋਈ ਕੈਬਨਿਟ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਤੇ ਵੀ ਤੰਜ ਕਸੇ ਨੇ। ਪਾਰਟੀ ਦੀ ਰਜਿਸਟ੍ਰੇਸ਼ਨ ਵੇਲੇ ਕਿਸੇ ਹੋਰ ਨੂੰ ਪ੍ਰੈਜ਼ੀਡੈਂਟ ਅਪਾਇੰਟ ਕੀਤਾ ਹੋਇਆ ਤੇ ਬਾਹਰ ਜਨਤਕ ਤੌਰ ਤੇ ਪ੍ਰੈਜ਼ੀਡੈਂਟ, ਮੈਂ ਆਪਣੇ ਆਪ ਨੂੰ ਕਹਿ ਰਿਹਾ, ਮੈਂ ਇੰਪਰਸੋਨੇਟ ਕਰ ਰਿਹਾ ਵਿਚ ਹਿਸ ਚਾਰਜ ਇਜ਼ ਐਬਸੋਲੂਟਲੀ ਫਾਲਸ, ਫ੍ਰਿਵਲਸ, ਬੇਸਲੈਸ, ਮਲੀਸ਼ੀਅਸਲੀ ਰੋਂਗ। ਕਿਉਂਕਿ ਤੱਥ ਇਹ ਕਹਿੰਦੇ ਨੇ ਕਿ ਜਦੋਂ ਅਸੀਂ ਇਹ ਆਈਡੀਆ ਕੰਸੀਵ ਕੀਤਾ ਕਿ ਸਾਨੂੰ ਆਪਣੀ ਪਾਰਟੀ ਰਜਿਸਟਰ ਕਰਾਉਣੀ ਪਵੇਗੀ, ਤਾਂ ਉਸ ਵਕਤ ਅਸੀਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਪਹੁੰਚ ਕਰਨੀ ਸੀ। ਦਿਸ ਇਜ਼ ਸਮਵੇਅਰ ਅਰਾਊਂਡ 20th of December 2018। ਔਰ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪਾਰਟੀ ਰਜਿਸਟਰ ਕਰਾਉਣ ਵਾਸਤੇ ਮਲਟੀ ਵਿਜ਼ਿਟਸ ਕਰਨੀਆਂ ਪੈਂਦੀਆਂ ਨੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ, ਬਹੁਤ ਸਾਰੇ ਕਾਗਜ਼ ਪੱਤਰ ਤਿਆਰ ਕਰਨੇ ਪੈਂਦੇ ਨੇ, 100 ਦੇ ਲਗਭਗ ਜਨਰਲ ਹਾਊਸ, ਜਨਰਲ ਇਜਲਾਸ ਜਿਹੜੇ ਪਾਰਟੀ ਦੇ ਫਾਊਂਡਰ ਮੈਂਬਰਸ ਹੋਣਗੇ, ਉਹ ਡਾਟਾ ਅਤੇ ਐਫੀਡੇਵਿਟਸ ਕ੍ਰੀਏਟ ਕਰਨੇ ਪੈਂਦੇ ਨੇ। ਅਤੇ ਇਸ ਕਰਕੇ ਅਸੀਂ ਉਸ ਵਕਤ ਜਿਹੜੀ ਆਫਿਸ ਬੇਅਰਸ ਦੀ ਲਿਸਟ ਡਰੋਪ ਕੀਤੀ, ਔਰ ਜਿਹੜਾ ਇਹਦੇ 'ਚ ਸਾਰੀ ਰਿਸਪੋਂਸੀਬਿਲਿਟੀ ਸੀਗੀ, ਉਹ ਸਾਰਿਆਂ ਨੇ ਚਰਚਾ ਕਰਕੇ ਆਪਸ ਵਿੱਚ ਪੋਲੀਟੀਕਲ ਅਫੇਅਰਸ ਕਮੇਟੀ 'ਚ, ਜਿਹੜੀ ਸਾਡੀ ਵੁੱਡ ਬੀ ਜਿਹੜੇ ਸਾਡੇ ਸਾਥੀ ਸੀਗੇ, ਅਸੀਂ ਇਹ ਕੰਮ ਜਿਹੜਾ ਸੀ, ਸਨਕਦੀਪ ਸਿੰਘ ਸੰਧੂ ਜਿਹੜੇ ਕਿ ਮੇਰੇ ਅਜ਼ੀਜ਼ ਦੋਸਤ ਵੀ ਨੇ, ਮੇਰੇ ਛੋਟੇ ਭਰਾ ਨੇ, ਔਰ ਮੈਨੂੰ ਉਹਨਾਂ 'ਤੇ ਪੂਰਨ ਭਰੋਸਾ ਵਾ, ਅਸੀਂ ਉਹਨਾਂ ਨੂੰ ਆਥੋਰਾਈਜ਼ ਕੀਤਾ ਕਿ ਤੁਸੀਂ ਆਪਣੀ ਰਜਿਸਟ੍ਰੇਸ਼ਨ ਦਾ ਪ੍ਰੋਸੈਸ ਇਨੀਸ਼ੀਏਟ ਕਰ ਦਿਓ। ਔਰ ਉਹਨਾਂ ਨੇ ਕਾਫੀ ਮਿਹਨਤ ਅਤੇ ਮੁਸ਼ਕਤ ਦੇ ਨਾਲ ਸਾਰੀ ਕਾਰਵਾਈ ਨੂੰ ਅੰਜਾਮ ਦੇ ਕੇ, ਕਈ ਦਿੱਲੀ ਦੀਆਂ ਵਿਜ਼ਿਟਸ ਕਰਕੇ ਅਤੇ ਸਾਡੀ ਰਜਿਸਟ੍ਰੇਸ਼ਨ ਦੀ ਪ੍ਰੋਸੈਸ ਨੂੰ ਇਨੀਸ਼ੀਏਟ ਕਰਤਾ। ਪੰਜਾਬ ਦੇ ਕਿੰਨੇ ਹੋਰ ਇਸ਼ੂਜ਼ ਨੇ ਜਿਹੜੇ ਲੋਕ ਧੱਕਾ ਕਰ ਰਹੇ ਨੇ, ਕਾਂਗਰਸ ਦੇ ਜਾਂ ਜਿਹੜੇ ਅਕਾਲੀਆਂ ਨੇ ਲੋਕਾਂ ਨਾਲ ਲੁੱਟ ਅਤੇ ਕਸੋਟ ਕੀਤੀ, ਰਾਦਰ ਦੈਨ ਟਾਰਗੇਟਿੰਗ ਦੈਮ ਤੁਸੀਂ ਸਾਨੂੰ ਵੀ ਟਾਰਗੇਟ ਕਰਨ ਲੱਗ ਗਏ, ਤਾਂ ਮੈਨੂੰ ਅੱਛਾ ਨਹੀਂ ਲੱਗਿਆ। ਔਰ ਮੈਂ ਉਹਨਾਂ ਦੀ ਇੱਜ਼ਤ ਕਰਦਾ ਸਾਰਿਆਂ ਦੀ, ਤਾਂ ਮੈਨੂੰ ਪੂਰਨ ਆਸ ਹੈ ਕਿ ਉਹ ਇਸ ਗੱਲ ਨੂੰ ਸਮਝ ਲੈਣਗੇ। ਅੱਜ ਕੱਲ੍ਹ ਕੈਬਨਿਟ ਮੀਟਿੰਗ ਵਿੱਚ 5178 ਟੀਚਰਸ ਨੂੰ ਔਰ ਕੁਛ ਨਰਸਿਸ ਅਤੇ ਐਂਸਿਲਰੀ ਸਟਾਫ ਐਂਡ ਕਲਾਸ 4 ਸਟਾਫ ਨੂੰ ਹੈਲਥ ਡਿਪਾਰਟਮੈਂਟ ਵਿੱਚ ਪੱਕਿਆ ਕੀਤਾ ਗਿਆ। ਅਸੀਂ ਸਵਾਗਤ ਕਰਦੇ ਹਾਂ, ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਇੰਪਲੋਈਜ਼ ਨੇ ਉਹਨਾਂ ਨੂੰ ਬਾਇੱਜ਼ਤ ਜ਼ਿੰਦਗੀ ਬਤੀਤ ਕਰਨ ਦਾ ਔਰ ਉਹਨਾਂ ਨੂੰ ਬਾਇੱਜ਼ਤ ਜਿਹੜੀ ਹੈਗੀ ਆ ਵੇਜਸ ਅਤੇ ਸੈਲਰੀਜ਼ ਮਿਲਣ। ਹਾਲਾਂਕਿ ਉਹਦੇ ਵਿੱਚ ਇੱਕ ਨੁਕਤਾ ਰੱਖ ਲਿਆ ਕੈਪਟਨ ਸਾਹਿਬ ਨੇ ਕਿ ਇਹ ਸਾਰੀ ਜਿਹੜੀ ਪੋਲਿਸੀ ਹੈਗੀ ਆ ਇਹ 1 ਅਕਤੂਬਰ 2019 ਤੋਂ ਲਾਗੂ ਕੀਤੀ ਜਾਵੇ, ਯਾਨੀ ਕਿ ਪਹਿਲਾਂ ਇੰਪਲੋਈਜ਼ ਸਾਨੂੰ ਵੋਟਾਂ ਪਾ ਦੇਣ, ਜਿੱਦਾਂ ਅਕਾਲੀ ਕਰਦੇ ਸੀਗੇ ਕਿ ਜੇ ਆਟਾ ਦਾਲ ਦੀ ਸਕੀਮ ਲੈਣੀ ਆ ਤਾਂ ਪਹਿਲਾਂ ਸਰੂਪਾ ਪਵਾ ਲਾ, ਜੇ ਪੈਨਸ਼ਨ ਲੈਣੀ ਆ ਤਾਂ ਪਹਿਲਾਂ ਸਰੂਪਾ ਪਵਾ ਲਾ। ਔਰ ਇਹ ਗੱਲ ਅਮਰਿੰਦਰ ਸਿੰਘ ਨੇ ਇੰਪਲੋਈਜ਼ 'ਤੇ ਵੀ ਲਾਗੂ ਕਰਤੀ ਕਿ ਪਹਿਲਾਂ ਵੋਟਾਂ ਪਾ ਦਿਓ ਸਾਨੂੰ, ਅਤੇ ਫਿਰ ਅਸੀਂ ਤੁਹਾਨੂੰ 2019 ਦੀ ਅਕਤੂਬਰ ਦੇ ਵਿੱਚ ਅਸੀਂ ਤੁਹਾਨੂੰ ਰੈਗੂਲਰਾਈਜ਼ ਕਰ ਦਿਆਂਗੇ ਸਰਵਿਸਿਜ਼। ਦਿਸ ਇਜ਼ ਇਹ ਜਿਹੜੀ ਸ਼ਰਤੀਆ ਕੈਬਨਿਟ ਦਾ ਫੈਸਲਾ ਵਾ ਵਿਚ ਇਜ਼ ਜਿਹਦੇ ਛੱਲੇ 6 ਮਹੀਨੇ ਬਕਾਇਆ ਪਏ ਨੇ, ਇਹ ਤਾਂ ਫਿਰ ਕੈਬਨਿਟ ਮੀਟਿੰਗ ਸਪਟੈਂਬਰ ਦੇ ਵਿੱਚ ਕਰਕੇ ਤਾਂ ਉਦੋਂ ਕਰ ਦੇਣੇ ਚਾਹੀਦੇ ਸੀ। ਇਹਦੇ 'ਚ ਕਿਤੇ ਨਾ ਕਿਤੇ ਸਿਆਸੀ ਜਿਹੜਾ ਲਾਹਾ ਲੈਣ ਵਾਸਤੇ ਜਿਹੜਾ ਅਮਰਿੰਦਰ ਸਿੰਘ ਨੇ ਕੋਸ਼ਿਸ਼ ਕੀਤੀ ਹੈ। You are watching Channel Y, Channel Y, a South Asian Canadian channel.